ਗੁਰਦਾਸਪੁਰ ਦੇ ਪਿੰਡ ਕੋਟਲਾ ਖੁਰਦ ਦੇ ਰਹਿਣ ਵਾਲੇ ਲਾਂਸ ਨਾਇਕ ਜਵਾਨ ਸੰਦੀਪ ਸਿੰਘ ਪਿਛਲੇ ਦਿਨੀ ਸ੍ਰੀਨਗਰ ਵਿੱਚ ਅੱਤਵਾਦ ਨਾਲ ਲੋਹਾ ਲੈਂਦੇ ਹੋਏ ਸ਼ਹੀਦੀ ਦਾ ਜਾਮ ਪੀ ਗਿਆ, ਜਿੱਥੇ ਸ਼ਹੀਦ ਸੰਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਲਈ ਪੰਜਾਬ ਕਾਂਗਰਸ ਪ੍ਰਧਾਨ ਤੇ ਲੋਕ ਸਭਾ ਗੁਰਦਾਸਪੁਰ ਤੋਂ ਸਾਂਸਦ ਸੁਨੀਲ ਜਾਖੜ ਅਤੇ ਪੰਜਾਬ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਪਹੁੰਚੇ, ਜਿਨ੍ਹਾਂ ਨੇ ਸ਼ਹੀਦ ਦੀ ਸ਼ਹਾਦਤ ਨੂੰ ਨਮਨ ਕੀਤਾ। ਇਸ ਦੇ ਨਾਲ ਹੀ ਮੰਤਰੀ ਰੰਧਾਵਾ ਨੇ ਆਖਿਆ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਲ ਸ਼ਹੀਦ ਦੇ ਪਰਿਵਾਰ ਨਾਲ ਹੈ। ਸ਼ਹੀਦ ਸੰਦੀਪ ਸਿੰਘ ਦੀ ਯਾਦਗਾਰ ਉਹਨਾਂ ਦੇ ਪਿੰਡ ਵਿੱਚ ਬਣਾਈ ਜਾਵੇਗੀ ਅਤੇ ਪੰਜਾਬ ਸਰਕਾਰ ਵੱਲੋਂ ਹਰ ਮਦਦ ਦਿੱਤੀ ਜਾਵੇਗੀ ਅਤੇ ਸ਼ਹੀਦ ਦੀ ਪਤਨੀ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇਗੀ। ਸੰਦੀਪ ਸਿੰਘ ਨੇ ਆਪਣੀ ਜਾਨ ਕੁਰਬਾਨ ਕਰਕੇ ਜਿੱਥੇ ਸਾਡੇ ਦੇਸ਼ ਦੀ ਸਰਹੱਦ ਨੂੰ ਸੁਰੱਖਿਅਤ ਕੀਤਾ, ਉੱਥੇ ਆਪਣੇ ਯੂਨਿਟ ਦੇ ਬਾਕੀ ਜਿਹੜੇ ਸਾਥੀ ਸੀ ਉਹਨਾਂ ਦੀ ਜਾਨ ਵੀ ਬਚਾਈ ਅਤੇ ਉਹਨਾਂ ਨੇ ਆਪਣੀ ਜਾਨ ਕੁਰਬਾਨ ਕਰਕੇ ਤਾਂ ਕਿ ਅਸੀਂ ਹਿੰਦੁਸਤਾਨ ਦੇ ਅੰਦਰ ਸ਼ਾਂਤੀ ਨਾਲ ਰਹਿ ਸਕੀਏ, ਉਹਦੇ ਵਾਸਤੇ ਆਪਣੀ ਅਲਟੀਮੇਟ ਕੁਰਬਾਨੀ ਦਿੱਤੀ ਹੈ। ਅਸੀਂ ਉਹਨਾਂ ਦੇ ਇਸ ਕੁਰਬਾਨੀ ਨੂੰ ਨਤਮਸਤਕ ਹਾਂ। ਉਹਨਾਂ ਦਾ ਜਿਹੜਾ ਦੇਣ ਹੈ ਸੰਦੀਪ ਸਿੰਘ ਜੀ ਦਾ ਅਤੇ ਬਾਕੀ ਸਾਡੇ ਸਾਰੇ ਜਿੰਨੇ ਵੀ ਫੌਜੀ ਸਾਥੀ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ, ਜੋ ਅੱਜ ਬਾਰਡਰ ਦੇ ਉੱਤੇ ਆਪਣੀ ਜਾਨ ਹਥੇਲੀ 'ਤੇ ਲੈ ਕੇ ਬੈਠੇ ਹੈ, ਉਹਨਾਂ ਦੇ ਪ੍ਰਤੀ ਸਾਰਾ ਦੇਸ਼ ਨਤਮਸਤਕ ਹੈ। ਬੜੀ ਵੱਡੀ ਇਹਦੀ ਕੁਰਬਾਨੀ ਹੈ, ਜਿੱਡੀ ਵੱਡੀ ਇਹਨੇ ਕੁਰਬਾਨੀ ਕੀਤੀ ਮੇਰੇ ਖਿਆਲ 'ਚ ਸਾਡੇ ਪੰਜਾਬ ਦਾ ਤਾਂ ਸਿਰ ਉੱਚਾ ਹੋਇਆ ਹੀ ਹੋਇਆ। ਖਾਸ ਕਰਕੇ ਜਿਹੜੀ ਬੇਟੀ ਆ ਜਿਹੜੀ ਸ਼ੋਹਣ ਪਿੰਡ ਤੋਂ ਆ, ਉਸ ਪਰਿਵਾਰ ਨੇ ਵੀ ਬਹੁਤ ਵੱਡਾ ਉਹਨਾਂ ਦਾ ਨਾਂ ਪੈਦਾ ਕੀਤਾ ਅਤੇ ਅੱਜ ਜਦੋਂ ਉਹਦੇ ਵੱਲ ਵੇਖੀਦਾ ਕਿ ਜੀ ਬਹੁਤ ਛੋਟੀ ਉਮਰ ਦੀ ਆ ਅਤੇ ਸਰਕਾਰ ਨੇ ਨੌਕਰੀ ਵੀ ਉਹਨੂੰ ਦੇਣੀ ਆ, ਗੇਟ ਵੀ ਬਣਨੇ ਆ, ਸੜਕ ਵੀ ਬਣੇਗੀ, ਪਰ ਅਸੀਂ ਉਹਨੂੰ ਸੰਦੀਪ ਨੂੰ ਵਾਪਸ ਨਹੀਂ ਲਿਆ ਸਕਦੇ।